वारी वारी लगभग बरेटा आउंदी रहने अपनी कंस्टिट्यूंसी है कितने बोहा कितने बरेटा कितने बुलाडा लगभग मेरा दफ्तर खुला होंदा उत्थे होंदा 12 बजे तक मैं जो तो बाद बरेटा नहीं आया थी तो कितने वक्त वक्त थावां ते बह के जो मुश्किल ने उन्हां करके जानकारी मैनू भी मिलती है कि मेरे हल्के जी की समस्या आ रही ने जिस तरह कि हुण दस्सिया कि बरेटा जिहड़ा हैगा उहदा जिहड़ा नक्शा पास करना है हो करना है ਉਹਦਾ ਸਾਡੇ ਬਲਾਡੇ ਨਾਲ ਵੱਧ ਰੇਟ ਹੈ ਜੇ ਪਹਿਲਾਂ ਪਤਾ ਲੱਗਿਆ ਸੀ ਅਸੀਂ ਮਤਾ ਪਾਇਆ ਮਤਾ ਪਾ ਕੇ ਈਡੀਸ ਨੂੰ ਭੇਜਿਆ ਉੱਥੋਂ ਥੋੜ੍ਹੀ ਜਿਹੀ ਓਬਜੈਕਸ਼ਨ ਲੱਗ ਕੇ ਆ ਗਿਆ ਉਹ ਠੀਕ ਹੋ ਜੂਗਾ ਇੱਥੋਂ ਕਰਵਾ ਲਾਂਗੇ ਅੱਜ ਮੈਂ ਆਇਆ ਬਰੇਟਿਆਂ ਤੋਂ ਇੱਕ ਬੱਸ ਚਾਹੀਦੀ ਲੁਧਿਆਣੇ ਨੂੰ ਜਾਂ ਸੀਵਰੇਜ ਸਮੱਸਿਆ ਪੀਣ ਵਾਲੇ ਪਾਣੀ ਦੀ ਸਮੱਸਿਆ ਜਾਂ ਹੋਰ ਕੋਈ ਪਰਸਨਲ ਸਮੱਸਿਆਵਾਂ ਨੇ ਉਹ ਜਾਣਕਾਰੀ ਵੱਖ ਵੱਖ ਥਾਵਾਂ 'ਤੇ ਬਹਿ ਕੇ ਲੈ ਲਈ ਦੀ ਹੈ ਅਤੇ ਉਹ ਬੜਾ ਸੁਭਾਵ ਢੰਗ ਨਾਲ ਹੋਇਆ ਹੁਣ ਜਿਹੜੀ ਵੱਡੀ ਗੱਲ ਇਹ ਹੈ ਵੀ ਇੱਕ ਜਿਹੜੀ ਬੱਸ ਹੈ ਉਹ ਸੰਗਰੂਰ ਡੀਪੂ ਦੀ ਚੱਲਦੀ ਹੈ ਡਸਕੀ ਤੋਂ ਅਤੇ ਮੈਂ ਚਾਹੁੰਦਾ ਸੀ ਜਾਂ ਦੁਕਾਨਦਾਰ ਚਾਹੁੰਦੇ ਸੀ ਆਪਣੇ ਕਿ ਉਹ ਬੱਸ ਜਿਹੜਾ 7 ਕਿਲੋਮੀਟਰ ਹੈਗਾ ਬਰੇਟਾ ਉੱਥੋਂ ਬਰੇਟਾ ਤੋਂ ਸਟਾਰਟ ਹੋਈ ਬੱਚੀ ਗੱਲ ਹੈ ਮੈਂ ਹੁਣੀ ਗੱਲ ਕੀਤੀ ਆ ਬੁਲਾਡਾ GM ਨਾਲ PRTC ਨਾਲ ਕਿ ਤੁਸੀਂ ਉਹ ਬੱਸ ਇੱਕ ਆਪਾਂ ਹੋਰ ਲਾਈਏ ਅਤੇ ਇਸ ਤੋਂ ਬਾਅਦ ਮੈਂ ਗੱਲ ਕਰੂੰਗਾ ਹੁਣੀ GM ਸੰਗਰੂਰ ਨਾਲ PRTC ਜੋ GM ਹੈ ਕਿ ਉਹ ਬੱਸ ਨੂੰ ਐਕਸਟੈਂਡ ਕਰਕੇ ਬਰੇਟਾ ਕੀਤਾ ਜਾਵੇ ਸੋ ਕਾਫੀ ਗੱਲਾਂ ਕੀਤੀਆਂ ਨੇ ਟੈਂਡਰ ਲੱਗਣੇ ਸੀਗੇ ਵੱਖ ਵੱਖ ਥਾਵਾਂ ਦੇ ਉੱਤੇ EO ਦਫ਼ਤਰ ਦੇ ਜਿਹੜੇ ਹੈਗੇ ਸੀਗੇ JEE ਵਗੈਰਾ ਇਹਨਾਂ ਸਾਨੂੰ ਬੁਲਾ ਕੇ ਜਿੱਥੇ ਕੋਈ ਲੋੜ ਪੈਂਦੀ ਹੈ ਅਮਰੇਟਾ ਪਿੰਡ ਕੰਨੀ ਕੋਈ ਆਪਣਾ ਇੱਕ ਗਰਾਊਂਡ ਬਣਾਉਣਾ ਹੈ ਜਾਂ ਜਿੱਥੇ ਕੋਈ ਬੇਟੇ ਦੇ ਨਾਲ ਸ਼ਹਿਰ ਦੇ ਨਾਲ ਲੱਗਵੇਂ ਕੋਈ ਟੁੱਬ ਹੈ ਗੰਦਾ ਟੁੱਬ ਹੈ ਉਹਨੂੰ ਬੰਦ ਕਰਕੇ ਪਾਣੀ ਸੀਵਰੇਜ ਦਾ ਪਾ ਕੇ ਉੱਥੇ ਇੱਕ ਪਾਰਕ ਬਣਾਇਆ ਜਾਵੇ ਵਧੀਆ ਅਤੇ ਉੱਥੇ ਆਪਣਾ ਜਿਹੜੀ ਤਹਿਸੀਲ ਹੈ ਉੱਥੇ ਬੈਠਣ ਜਗ੍ਹਾ ਹੀ ਨਹੀਂ ਹੈ ਉੱਥੇ ਮੈਂ ਕਿਹਾ ਵੀ ਸ਼ੈੱਡ ਦਾ ਤੁਸੀਂ ਪਤਾ ਪਾਓ ਸ਼ੈੱਡ ਲਾ ਕੇ ਪੀ ਨਾਲ ਪਾਣੀ ਦਾ ਡੰਡਾ ਉਹਦਾ ਇੰਤਜ਼ਾਮ ਕਰੀਏ ਸੋ ਕਾਫੀ ਗੱਲਾਂ ਦਾ ਫੀਡਬੈਕ ਮਿਲਦੀ ਵੀ ਹੈ ਆਪਦੇ ਵਾਰੀ ਮਿਲਦੀ ਹੈ ਕਿ ਲੋਕਾਂ ਦੀ ਸਮੱਸਿਆ ਤਾਂ ਲੋਕਾਂ ਦੇ ਵਿੱਚ ਜਾ ਕੇ ਪਤਾ ਲੱਗਦਾ ਸੋ ਜਿੰਨੇ ਵੀ ਹੁੰਦੀਆਂ ਨੇ ਜਿਹੜੀਆਂ ਲੋਕਲ ਲੈਵਲ ਦੀਆਂ ਨੇ ਮੈਂ ਲੋਕਲ ਲੈਵਲ 'ਤੇ ਕਰੂੰਗਾ ਜਿਹੜੀਆਂ ਗੱਲਾਂ ਕੋਈ ਮਾਨਸਾ ਲੈਵਲ 'ਤੇ DC ADC ਲੈਵਲ ਦੀਆਂ ਨੇ ਉੱਥੇ ਕਰਾਂਗੇ ਜਿਵੇਂ NOC ਦਾ ਮਸਲਾ ਆ ਰਿਹਾ NOC ਦੇ ਮਿਲਣ ਵਾਸਤੇ ਬਹੁਤ ਦੇਰ ਲੱਗ ਰਹੀ ਹੈ ਅਤੇ ਉਹਨਾਂ ਬਾਰੇ ਮੈਂ ਵਧੀਆ ਗੱਲ ਹੋ ਗਈ ਕਿ ਸਾਡੇ ਸੁਨਾਮ ਦੇ MLA ਅਮਰੋੜਾ ਜੀ ਉਹਨਾਂ ਨੂੰ ਹਾਊਸਿੰਗ ਅਤੇ ਸ਼ਹਿਰੀ ਡਿਵੈਲਪਮੈਂਟ ਦਾ ਡਿਪਾਰਟਮੈਂਟ ਮਿਲਿਆ ਇਹ ਗੱਲ ਮੈਂ ਬੁਲਾਡੇ ਦੀ ਵੀ ਇਹ ਸਮੱਸਿਆ ਸਾਰੀ ਸਮੱਸਿਆ ਸ਼ਹਿਰਾਂ ਦੀ ਕਿ ਜਿਹੜੀ NOC ਹੈ ਦੇਰੀ ਹੋ ਰਹੀ ਹੈ ਫੀਸ ਵੀ ਜ਼ਿਆਦਾ ਹੈ ਫਾਰਮੇਟਿਵ ਜ਼ਿਆਦਾ ਨੇ ਅਤੇ ਇਹ ਜਾ ਕੇ ਮੈਂ ਅਮਰੋੜਾ ਜੀ ਨਾਲ ਪਰਸੋਂ ਮੈਂ ਚੰਡੀਗੜ੍ਹ ਜਾਣਾ ਉਹਨਾਂ ਨਾਲ ਗੱਲ ਕਰਾਂਗੇ ਸੋ ਹੋਰ ਵੀ ਜਿੰਨੀਆਂ ਵੀ ਸਮੱਸਿਆਵਾਂ ਹੁੰਦੀਆਂ ਨੇ ਜੇ ਚੰਡੀਗੜ੍ਹ ਸਮੱਸਿਆ ਮੈਂ ਜਾ ਕੇ ਚੰਡੀਗੜ੍ਹ ਸੰਬੰਧਿਤ ਮਹਿਕਮੇ ਦੇ ਜਿਹੜੇ ਮਿਨਿਸਟਰ ਨੇ IAS ਅਧਿਕਾਰੀ ਨੇ ਉਹਨਾਂ ਨਾਲ ਗੱਲ ਕਰਦੇ ਹਾਂ ਸੋ ਇਸ ਕਰਕੇ ਇੱਥੇ ਆ ਕੀ ਪਤਾ ਲੱਗਦਾ ਸਮੱਸਿਆ ਦਾ ਉਹ ਆਉਣਾ ਮੇਰਾ ਮੈਂ ਲਗਭਗ 2-3 ਦਿਨਾਂ ਬਾਅਦ ਲਾਜ਼ਮੀ ਗੇੜਾ ਮਾਰਦਾ ਕਿਤੇ ਨਾ ਕਿਤੇ ਵੱਖ ਵੱਖ ਥਾਵਾਂ 'ਤੇ ਬਹਿ ਕੇ ਸਾਰੀ ਗੱਲਾਂ ਸੁਣਦੇ ਹਾਂ